ਖਤਰੀਆ ਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ ਅੱਜ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਹੈ ਸਾਰੇ ਪਾਸੇ ਮੁਲਕ ਵਿੱਚ ਰੌਣਕਾਂ ਲੱਗੀਆਂ ਹੋਈਆਂ ਸਿੰਘ ਸੰਗਤਾਂ ਅਤੇ ਹੋਰ ਵੀ ਗੁਰੂ ਨਾਮ ਲੈਵਾ ਗੁਰਦਾਰਿਆਂ ਵਿੱਚ ਜਾ ਕੇ ਦਰਸ਼ਨ ਕਰ ਰਹੇ ਹਨ ਅਰਦਾਸਾਂ ਕਰ ਰਹੇ ਹਨ ਖੁਸ਼ੀਆਂ ਮਨਾ ਰਹੇ ਹਨ ਮੱਥੇ ਟੇਕ ਰਹੇ ਹਨ ਤਾਂ ਇਸੇ ਪ੍ਰਕਾਰ ਸਾਡੇ ਜੋ ਪੰਜਾਬੀ ਐਕਟਰਸ ਸੈਲੀਬ੍ਰਿਟੀਆਂ ਅਤੇ ਐਕਟਰ ਹਨ ਕ੍ਰਿਕਟੇਅਰ ਹਨ ਉਹ ਵੀ ਕਿਦਾਂ ਦੇ ਹਾਫ ਭਾਵ ਰੱਖਦੇ ਹਨ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਤੇ ਉਸ ਨੂੰ ਤੁਹਾਡੇ ਨਾਲ ਮੈਂ ਅੱਜ ਸਾਂਝਾ ਕਰ ਰਿਹਾ ਇਹ ਬੜੀ ਵਿਲਖਣ ਜੀ ਵੀਡੀਓ ਬਣਾਉਣ ਨੂੰ ਜੀ ਕੀਤਾ ਕਿ ਗੁਰੂ ਨਾਨਕ ਦੇਵ ਜੀ ਨੂੰ ਕਿਵੇਂ ਸ਼ਰਧਾਂਜਲੀ ਪੇਟ ਕੀਤੀ ਜਾਏ ਅਤੇ ਵੀਡੀਓ ਵਿੱਚ ਕੀ ਕੁਝ ਪੇਸ਼ ਕੀਤਾ ਜਾਏ ਸੋ ਇਹ ਕੁਝ ਛੋਟੇ-ਛੋਟੇ ਜੋ ਅਸੀਂ ਕਹਿ ਸਕਦੇ ਹਾਂ ਨਿੱਕੇ-ਨਿੱਕੇ ਐਪੀਸੋਡਾਂ ਜੋ ਇਹਨਾਂ ਐਕਟਰ ਸੈਲੀਬ੍ਰਿਟੀਜ਼ ਤੇ ਕ੍ਰਿਕਟਰ ਦੇ ਜੀਵਨ ਵਿੱਚ ਤੇ ਉਹਨਾਂ ਦੇ ਪਰਿਵਾਰ ਦੇ ਜੀਵਨ ਵਿੱਚ ਵਾਪਰਿਆ ਨੂੰ ਉਹਨਾਂ ਦੀ ਮੈਂ ਤੁਹਾਡੇ ਨਾਲ ਸਾਜ ਬਣਾਉਣ ਦਾ ਇੱਕ ਯਤਨ ਕਰ ਰਿਹਾ ਛੋਟਾ ਜਿਹਾ ਯਤਨ ਉਮੀਦ ਕਰਦਾ ਹਾਂ ਇਹ ਤੁਹਾਨੂੰ ਚੰਗਾ ਲੱਗੇਗਾ ਸਭ ਤੋਂ ਪਹਿਲੇ ਤਾਂ ਮੈਂ ਸਾਡੀ ਜਿਹੜੀ ਬੜੀ ਪਪੂਲਰ ਐਕਟਰਸ ਹੈ ਸਹਨਾਜ ਕੌਰ ਗਿਲ ਜਾਣੀ ਜਾਂਦੀ ਹੈ ਸਹਨਾਜ ਗਿਲ ਦੇ ਨਾਂ ਤੇ ਕਈ ਫਿਲਮਾਂ ਚ ਕੰਮ ਕਰ ਚੁੱਕੀ ਹੈ ਪੰਜਾਬੀ ਦੀਆਂ ਚ ਸਤਸਰੀਆ ਕਾਲ ਇੰਗਲੈਂਡ ਮੌਸਲਾ ਰੱਕ ਰੰਨਾ ਚਿਤੰਨਾ ਅਤੇ ਕਈ ਹਿੰਦੀ ਫਿਲਮਾਂ 'ਚ ਵੀ ਕੰਮ ਕੀਤਾ ਇਹਨਾਂ ਦੀ ਖੂਬਸੂਰਤੀ ਹੈ ਕਿ ਇਹ ਅੱਛੇ ਗਾਇਕ ਵੀ ਹਨ ਚੰਗੇ ਐਕਟ੍ਰੈਸ ਵੀ ਹੈ ਤੇ ਖੂਬਸੂਰਤ ਵੀ ਹੈ ਔਰ ਇਹ ਪੰਜਾਬੀਆਂ ਦੀ ਹਰਮਨ ਪਿਆਰੀ ਉਹਨਾਂ ਨੇ ਗੁਰਪੁਰਬ ਬਾਰੇ ਤੇ ਅਤੇ ਜੋ ਸਿੱਖ ਪਰੰਪਰਾਵਾਂ ਸ਼ਬਦ ਗੀਤਨ ਦੀਆਂ ਉਹਨਾਂ ਤੋਂ ਜੋ ਉਹਨਾਂ ਦਾ 뮤직 ਨਾਲ ਜਾਨੀ ਕਿ ਛੋਟੀ ਉਮਰ ਚ ਬਚਪਨ ਉਹਨਾਂ ਨੇ ਦੱਸਿਆ ਕਿ ਉਹ ਜਦੋਂ ਉਹਨਾਂ ਨੂੰ ਗੁਰਬਾਣੀ ਦੀ ਸਮਝ ਵੀ ਨਹੀਂ ਸੀ ਉਸ ਤੇ ਅਰਥ ਵੀ ਨਹੀਂ ਸੀ ਸਮਝ ਸਕਦੇ ਪਰ ਉਹ ਗੁਰਦੁਆਰੇ ਵਿੱਚ ਜਾ ਕੇ ਸ਼ਬਦ ਕੀਰਤਨ ਕਰਿਆ ਕਰਦੇ ਸਨ ਤਾਂ ਉਹ ਉਹਨਾਂ ਦੀ 뮤직 ਨਾਲ ਪਹਿਲੀ ਜਾਣ ਸੀ ਅਤੇ ਗੁਰਬਾਣੀ ਨੂੰ ਗਾ ਕੇ ਪੇਸ਼ ਕਰਨਾ ਉਹਨਾਂ ਦਾ ਬਚਪਨ ਦਾ ਇਹ ਪਹਿਲਾ ਇੱਕ ਸਿੰਗਰ ਦੇ ਤੌਰ ਤੇ ਇੱਕ ਤਜਰਬਾ ਸੀਗਾ ਇਸ ਸਾਜ ਨੇ ਉਹਨਾਂ ਨੂੰ ਜ਼ਿੰਦਗੀ ਵਿੱਚ ਬਹੁਤ ਕੁਝ ਦਿੱਤਾ ਇੰਨਾ ਕੁਝ ਦਿੱਤਾ ਕਿ ਉਹ ਕਹਿੰਦੇ ਕਿ ਮੈਂ ਸਿੰਗਰ ਵੀ ਬਣ ਗਈ ਐਕਟਰਸ ਵੀ ਬਣ ਗਈ ਅਤੇ ਮੇਰੀਆਂ ਹੋਰ ਪ੍ਰਾਪਤੀਆਂ ਜੋ ਐਜੇ ਮਾਡਲ ਹੋਈਆਂ ਤੁਹਾਨੂੰ ਪਤਾ ਹੈ ਮਾਡਲ ਵੱਡੀਆਂ-ਵੱਡੀਆਂ ਕੰਪਨੀਆਂ ਮੋਟੀਆਂ ਰਕਮਾਂ ਦੇ ਕੇ ਹਾਇਰ ਕਰਦੀਆਂ ਉਹਨਾਂ ਨੇ ਇਹ ਦੱਸਿਆ ਕਿ ਬਚਪਨ ਵਿੱਚ ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਗੁਰਦੁਆਰੇ ਲੈ ਜਾਂਦੇ ਸਨ ਉਹਨੂੰ ਬਚਪਨ ਵਿੱਚ ਉਹਦੇ ਅੰਦਰ ਕੋਈ ਪਹਿਲੀ ਇੱਛਾ ਸੀ ਕਿ ਉਹ ਸ਼ਬਦ ਕੀਰਤਨ ਵਿੱਚ ਇਸਾਲੇ ਚਾਹੇ ਉਹਦੀ ਸਕੂਲ ਦੀ ਬਚਪਨ ਦੀ ਉਮਰ ਸੀ ਉਸਨੇ ਹਿੱਸਾ ਲਿਆ ਔਰ ਉਹਨਾਂ ਨੇ ਦੱਸਿਆ ਕਿ ਗੁਰੂ ਨਾਨਕ ਤੇਬ ਜੀ ਦਾ ਜੋ ਗੁਰਪੁਰਬ ਹੈ ਉਸ ਦੇ ਉਹਨਾਂ ਦੇ ਅੰਦਰ ਕਈ ਬਚਪਨ ਦੀਆਂ ਯਾਦਾਂ ਮੁੜ ਸੁਰਜੀਤ ਹੋ ਜਾਂਦੀਆਂ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਜਿਸ ਵੇਲੇ ਉਹਨਾਂ ਨੇ ਬਚਪਨ ਚ ਗੁਰਦੁਆਰਿਆਂ ਚ ਸ਼ਬਦ ਕੀਰਤਨ ਕੀਤਾ ਸੀ ਅਤੇ ਸੰਗੀਤ ਪੇਸ਼ ਕੀਤਾ ਸੀ ਉਸ ਵਕਤ ਸ਼ਾਇਦ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਨੇ ਸਿੰਗਰ ਵੀ ਬਣਨਾ ਫਿਲਮ ਸਟਾਰ ਵੀ ਬਣਨਾ ਮਾਡਲ ਵੀ ਬਣਨਾ ਉਹਨਾਂ ਨੂੰ ਐ ਲੱਗਦਾ ਹੈ ਕਿ ਗੁਰੂ ਮਹਾਰਾਜ ਨੇ ਪਰਮਾਤਮਾ ਨੇ ਉਹਨਾਂ ਦੀ ਜੀਵਨ ਦਾ ਜੋ ਕੈਰੀਅਰ ਸੀ ਬਚਪਨ ਵਿੱਚ ਉਸ ਵੇਲੇ ਹੀ ਨਿਸ਼ਚਿਤ ਕਰ ਦਿੱਤਾ ਸੀ ਜਿਸ ਦਾ ਉਹਨਾਂ ਨੂੰ ਨਹੀਂ ਪਤਾ ਸੀ ਹੁਣ ਉਹ ਗੁਰਪੁਰਬ ਵਾਲੇ ਦਿਨ ਗੁਰਦੁਆਰੇ ਵੀ ਜਾਂਦੇ ਆ ਉਹਨਾਂ ਨੇ ਇਹ ਦੱਸਿਆ ਕਿ ਇਸ ਗੁਰਪੁਰਬ ਤੋਂ ਪਹਿਲਾਂ ਉਹਨਾਂ ਨੇ ਨਵੇਂ ਘਰ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਅਤੇ ਉੱਥੇ ਜੋ ਸੰਗਤਾਂ ਆਈਆਂ ਸੀ ਉਹਨਾਂ ਨੂੰ ਲੰਗਰ ਵੀ ਛਕਾਇਆ ਇਹ ਉਹਨਾਂ ਨੂੰ ਬڑا ਇਸ ਗੱਲ 'ਚ ਸਕੂਨ ਮਿਲਦਾ ਹੈ ਕਿ ਜਦੋਂ ਲੰਗਰ ਦੀ ਸੇਵਾ ਕਰਦੇ ਜਾਂ ਸ਼ਬਦ ਕੀਰਤਨ ਪੜ੍ਹਦੇ ਔਰ ਇਹ ਯਾਦਾਂ ਉਹਨਾਂ ਨੇ ਇਸ ਤਰ੍ਹਾਂ ਸਾਂਝੀਆਂ ਕੀਤੀਆਂ ਆਪਣੇ ਜੋ ਉਹਨਾਂ ਦੇ ਦਰਸ਼ਕਾਂ ਉਹਨਾਂ ਦੇ ਫੈਨਜ਼ ਹਨ ਸੋ ਉਹਨਾਂ ਦੇ ਫੈਨਜ਼ ਨੂੰ ਬੜੀ ਖੁਸ਼ੀ ਹੋਈ ਇਹ ਸਾਰਾ ਕੁਝ ਉਹ ਜਦ ਦੇਖਣਗੇ ਕਿਉਂਕਿ ਉਹਨਾਂ ਨੇ ਦੱਸਿਆ ਉਹਨਾਂ ਦੇ ਦਾਦਾ ਤੇ ਦਾਦੀ ਜੀ ਅਤੇ ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਸਿੱਖੀ ਪਰੰਪਰਾਵਾਂ ਤੇ ਗੁਰਦੁਆਰਿਆਂ ਦੀਆਂ ਜੋ ਪਰੰਪਰਾਵਾਂ ਸਨ ਉਹਨਾਂ ਨਾਲ ਉਹਨਾਂ ਨੇ ਉਹਨਾਂ ਨੂੰ ਜੋੜਿਆ ਸੀ ਉਹਨਾਂ ਨੂੰ ਗੁਰਦੁਆਰੇ ਜਾ ਕੇ ਬੜਾ ਸਕੂਨ ਮਿਲਦਾ ਹੈ ਬੜੀ ਸ਼ਾਂਤੀ ਮਿਲਦੀ ਹੈ ਅਤੇ ਉਹਨਾਂ ਨੂੰ ਬਹੁਤ ਖੁਸ਼ੀ ਵੀ ਹੁੰਦੀ ਹੈ ਸੋ ਉਹ ਇਹ ਸਾਰੀ ਗੱਲ ਨੂੰ ਇੱਕ ਜੀਵਨ ਦੀ ਇੱਕ ਅਜਿਹੀ ਕਹਾਣੀ ਸਮਝਦੇ ਕਿ ਜੋ ਉਹਨਾਂ ਨਾਲ ਉਹਨਾਂ ਦੇ ਬਚਪਨ ਤੋਂ ਅਚੰਚੇਤੀ ਵਾਪਰ ਗਈ ਤੇ ਅੱਜ ਉਹਨਾਂ ਨੇ ਆਪਣੀ ਮਿਹਨਤ ਨਾਲ ਆਪਣੀ ਹਿੰਮਤ ਨਾਲ ਬੰਬਈ ਦੀ ਜੋ ਫਿਲਮੀ ਦੁਨੀਆ ਉਹਦੇ ਵਿੱਚ ਜੋ ਆਪਣੀ ਥਾਂ ਬਣਾਈ ਹੈ ਉਹ ਬਣਾਣੀ ਬੜੀ ਕਠਨ ਹੈ ਪਰ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਉਹਨਾਂ ਨੇ ਆਪਣੇ ਦਰਸ਼ਕਾਂ ਨੂੰ ਵੀ ਇਹ ਸੁਨੇਹਾ ਦਿੱਤਾ ਹੈ ਕਿ ਜੇਕਰ ਉਹ ਜ਼ਿੰਦਗੀ 'ਚ ਮਿਹਨਤ ਕਰਨਗੇ ਤਾਂ ਉਹਨਾਂ ਨੂੰ ਜ਼ਰੂਰ ਜ਼ਰੂਰ ਜਿਹੜੀ ਪ੍ਰਾਪਤੀ ਹੈ ਉਹ ਹੋਏਗੀ ਇਹ ਨਹੀਂ ਹੋ ਸਕਦਾ ਜੇ ਤੁਸੀਂ ਮਿਹਨਤ ਕਰੋ ਤੇ ਤੁਹਾਨੂੰ ਉਹਦਾ ਫਲ ਨਾ ਮਿਲੇ ਉਹਨਾਂ ਨੇ ਕਿਹਾ ਪੰਜਾਬ ਅੱਜ ਮੇਰੇ ਤੇ ਮਾਣ ਕਰਦਾ ਸ਼ੈਨਾਜ ਗਿਲ ਦੀ ਇਸ ਗੱਲ ਵਿੱਚ ਬੜਾ ਵਜਨ ਹੈ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦੀ ਧੀ ਹਾਂ ਤੇ ਪੰਜਾਬ ਉੱਪਰ ਮੈਨੂੰ ਵੀ ਮਾਣ ਹੈ ਜਾਨੀ ਬੜਾ ਉਹਨਾਂ ਨੇ ਪੰਜਾਬ ਨਾਲ ਅਜਿਹੀ ਸਾਂਝ ਬਣਾਈ ਹੈ ਕਿ ਉਹਨਾਂ ਨੂੰ ਪੰਜਾਬ ਤੇ ਮਾਣ ਹੈ ਤੇ ਪੰਜਾਬੀਆਂ ਨੂੰ ਉਹਨਾਂ ਤੇ ਮਾਣ ਹੈ ਸੋ ਉਹਨਾਂ ਨੇ ਕਿਹਾ ਕਿ ਮੈਂ ਕੁਝ ਨਵੇਂ ਤੁਹਾਨੂੰ ਪੇਦ ਸਾਂਝੇ ਕਰਦੀਆਂ ਕਿ ਮੈਂ ਕੁਝ ਨਵੇਂ ਗੀਤ ਵੀ ਗਾਏ ਹਨ ਤੇ ਗੁਰੂ ਰੰਧਾਵਾ ਨਾਲ ਐਕਟਰ ਹਨ ਜੋ ਉਹ ਫਿਲਮ ਚ ਕੰਮ ਕਰ ਰਹੇ ਹਨ ਉਸਪੇ ਚ ਉਹਨਾਂ ਦੇ ਨਵੇਂ ਗੀਤ ਆਣਗੇ ਅਤੇ ਉਹਨਾਂ ਦੀ ਐਕਟਿੰਗ ਦੀ ਨਵੀਂ ਪ੍ਰਦਰਸ਼ਨੀ ਵੀ ਹੋਏਗੀ ਪਰ ਉਹ ਕਹਿੰਦੇ ਹਨ ਕਿ ਮੈਂ ਇਸ ਪੇਜ ਨੂੰ ਹਲੇ ਜਨਤਕ ਨਹੀਂ ਕਰਨਾ ਚਾਹੁੰਦੀ ਅਤੇ ਮੈਂ ਆਪਣੇ ਤੱਕ ਹੀ ਇਸ ਨੂੰ ਸੀਮਤ ਰੱਖਦੀਆਂ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਰਿਹਾ ਕਿ ਸਾਡੇ ਜੋ ਕ੍ਰਿਕਟਰ ਹਨ ਹਰਪਜਨ ਸਿੰਘ ਜੋ ਕਿ ਰਾਜ ਸਭਾ ਦੇ ਮੈਂਬਰ ਵੀ ਹਨ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਨਾਮਿਨੇਟ ਕੀਤਾ ਔਰ ਉਹ ਕਮੈਂਟੇਟਰ ਵੀ ਹਨ ਕ੍ਰਿਕਟ ਦੇ ਤੁਸੀਂ ਦੇਖਿਆ ਹੋਣਾ ਹੁਣ ਇਸ ਵੇਲੇ ਜੋ ਵਰਲਡ ਕੱਪ ਖਤਮ ਹੋਇਆ ਉਹਦੇ ਚੋ ਕਈ ਜਗ੍ਹਾ ਕਮੈਂਟਰੀ ਕਰਦੇ ਵੀ ਦੇਖੇਗੇ ਚੈਨਲਾਂ ਤੇ ਆਇਨ ਉਹਨਾਂ ਦੀ ਪਤਨੀ ਗੀਤਾ ਬਸਰਾ ਉਹਨਾਂ ਦੇ ਦੋ ਬੱਚੇ ਹਨ ਗੀਤਾ ਬਸਰਾ ਨੇ ਬਹੁਤ ਸੋਹਣੀਆਂ ਗੱਲਾਂ ਕਹੀਆਂ ਉਹਨਾਂ ਨੇ ਕਿਹਾ ਬਈ ਕਿ ਮੈਂ ਦੇ ਉਹਨਾਂ ਦੇ ਪਤੀ ਅਰਪਜਨ ਸਿੰਘ ਆਪਣੇ ਬੱਚਿਆਂ ਨੂੰ ਸਿੱਖ ਧਰਮ ਦੀਆਂ ਪਰੰਪਰਾਵਾਂ ਨਾਲ ਰੂਹਸ ਨਾਲ ਅਸੀਂ ਜੋੜ ਰਹੇ ਹਾਂ ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਹਰ ਰੋਜ਼ ਜੋ ਆਪਣਾ ਦਿਨ ਸ਼ੁਰੂ ਕਰਦੇ ਹਨ ਤੋਂ ਅਰਪਜਨ ਸਿੰਘ ਅਤੇ ਗੀਤਾ ਬਰਸ਼ਰਾ ਸਵੇਰੇ ਜਾ ਕੇ ਗੁਰਦੁਆਰੇ ਵਿੱਚ ਆਪਣਾ ਅਰਦਾਸ ਵੀ ਕਰਦੇ ਹਨ ਉੱਥੇ ਆਪਣਾ ਮੱਥਾ ਵੀ ਟੇਕਦੇ ਹਨ ਗੁਰੂ ਘਰ ਤੋਂ ਅਸੀਸਾਂ ਵੀ ਲੈਂਦੇ ਹਨ ਉਹਨਾਂ ਨੇ ਇਸ ਗੁਰਪੁਰਬ ਤੋਂ ਪਹਿਲੇ ਥੋੜੇ ਦਿਨ ਹੋਏ ਨੇ ਤੁਸੀਂ ਪੜ੍ਹੇ ਵੀ ਹੋਣਾ ਅਖਬਾਰਾਂ 'ਚ ਕਿ ਸੱਚਖੰਡ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿੱਚ ਜਾ ਕੇ ਸਿਰਫ ਦਰਸ਼ਨ ਨਹੀਂ ਕੀਤੇ ਬਲਕਿ ਉਹ ਆਪਣੇ ਪਰਿਵਾਰ ਆਪਣੇ ਬੱਚਿਆਂ ਸਮੇਤ ਗਏ ਅਤੇ ਉਹਨਾਂ ਦੀ ਸਾਂਝ ਵੀ ਸਿੱਖ ਧਰਮ ਨਾਲ ਗੁਰੂ ਪਰੰਪਰਾਵਾਂ ਨਾਲ ਅਤੇ ਉਸ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਨਾਲ ਪਾਈ ਤੋਂ ਉਹ ਇਹ ਵੀ ਦੱਸਦੇ ਹਨ ਕਿਉਂਕਿ ਗੁਰੂ ਘਰ ਨਾਲ ਸ਼ਰਧਾ ਪਿਆਰ ਉਹਨਾਂ ਦਾ ਬਚਪਨ ਤੋਂ ਹੈ ਹਰ ਰੋਜ਼ ਉਹਨਾਂ ਦਾ ਗੁਰਦੁਆਰੇ ਜਾਣਾ ਅਰਦਾਸ ਕਰਨੀ ਸੋ ਇਹਨਾਂ ਬੱਚਿਆਂ ਨੇ ਅੰਦਰ ਉਹ ਸਿੱਖੀ ਪਰੰਪਰਾਵਾਂ ਦੀ ਇੱਕ ਨੀ ਜਈ ਰੱਖ ਰਿਆਨ ਤਾਜੋ ਉਹਨਾਂ ਦੇ ਬੱਚੇ ਵੀ ਸਿੱਖੀ ਪਰੰਪਰਾਵਾਂ ਨਾਲ ਇਸ ਸਿੱਖ ਧਰਮ ਦੇ ਵਿਸ਼ਵਾਸ ਵਿੱਚ ਗੁੜੁੰਦੇ ਰਹਿਣ ਅਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਲਈ ਗੁਰਪੁਰਬ ਦੀ ਬਹੁਤ ਮਹਾਨਤਾ ਹੈ ਇਸ ਦਿਨ ਨੂੰ ਉਹ ਬੜਾ ਮਹਾਨ ਸਮਯੰ ਅਤੇ ਹਰ ਗੁਰਪੁਰਬ ਤੇ ਉਹ ਗੁਰਦੁਆਰੇ ਵਿੱਚ ਜਾਂਦਿਆਂ ਸੇਵਾ ਵੀ ਕਰਦੇ ਹਨ ਲੰਗਰ ਦੀ ਸੇਵਾ ਵੀ ਕਰਦੇ ਹਨ ਉਹਨਾਂ ਸੀ ਆਂਦਿਆਂ ਇਮਨਾਸ਼ ਰੇਖੀ ਇਮਨਾਸ਼ ਰੇਖੀ ਉਹਨਾਂ ਨੇ ਬੜੀ ਵਧੀਆ ਗੱਲ ਕਹੀ ਹੈ ਕਿ ਗੁਰਪੁਰਬ ਨੂੰ ਆਪਣੀ ਮਨਪਸੰਦਗੀ ਦਾ ਉਹ ਤਿਆਰ ਮੰਨਦੇ ਹਨ ਮਤਲਬ ਦੇਖੋ ਉਹਨਾਂ ਦਾ ਗੁਰੂ ਘਰ ਪ੍ਰਤੀ ਜੋ ਸ਼ਰਧਾ ਉਸ ਨੂੰ ਇੱਕ ਸੈਲੀਬ੍ਰੇਸ਼ਨ ਦੇ ਰੂਪ ਚ ਲੈਂਦੇ ਹਨ ਸ਼ਰਧਾ ਭਾਵਨਾ ਦੇ ਰੂਪ ਚ ਰੈਂਦੇ ਹਨ ਉਸ ਨੂੰ ਇੱਕ ਤਿਉਹਾਰ ਦੇ ਰੂਪ ਵਿੱਚ ਰੈਂਦੇ ਹਨ ਉਹਨਾਂ ਨੇ ਕਿਹਾ ਜਿੰਨੀ ਸ਼ਾਂਤੀ ਸਕੂਨ ਮੈਨੂੰ ਗੁਰਦੁਆਰੇ ਵਿੱਚੋਂ ਜਾ ਕੇ ਮਿਲਦਾ ਉਹਨਾਂ ਮੈਨੂੰ ਕਿੱਥੋਂ ਹੋਰੋਂ ਨਹੀਂ ਪ੍ਰਾਪਤ ਹੁੰਦਾ ਮੈਂ ਉੱਥੇ ਜਦੋਂ ਬੈਠ ਕੇ ਸ਼ਬਦ ਕੀਰਤਨ ਸੁਣਦਾ ਜਾਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਹਾਂ ਤਾਂ ਮੈਂ ਸਾਰੀ ਦੁਨੀਆ ਨਾਲੋਂ ਬਿਲਕੁਲ ਟੁੱਟ ਜਾਣਾ ਤੇ ਗੁਰੂ ਨਾਲ ਜੁੜ ਜਾਣਾ ਜਿੱਦੇ ਵਿੱਚੋਂ ਮੈਨੂੰ ਸੋਕ ਸ਼ਾਂਤੀ ਤੇ ਸਕੂਨ ਮਿਲਦਾ ਹੈ ਉਹਨਾਂ ਨੇ ਆਪਣੇ ਬਚਪਨ ਦੀਆਂ ਗੱਲਾਂ ਦੱਸਿਆ ਕਿ ਗੁਰਪੁਰਬ ਵਾਲੇ ਦਿਨ ਉਹ ਗੁਰਦੁਆਰੇ ਦਰਸ਼ਨ ਕਰਨ ਜਾਂਦੇ ਮੱਥਾ ਟੇਕਦੇ ਉਹਨਾਂ ਦਾ ਸੇਵਾ ਵਿੱਚ ਬਹੁਤ ਵਿਸ਼ਵਾਸ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਗੁਰੂ ਮਹਾਰਾਜ ਨੇ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਜੋ ਤਿੰਨ ਸਿੱਖ ਧਰਮ ਦੇ ਮੁੱਖ ਪ੍ਰਿੰਸੀਪਲ ਦਿੱਤੇ ਹਨ ਟੈਨੈਂਟਸ ਜਿਨੂੰ ਅਸੀਂ ਕਹਿ ਸਕਦੇ ਹਾਂ ਉਹਨਾਂ ਵਿੱਚ ਹੈ ਨਾਮ ਜਪੋ ਕੀਰਤ ਕਰੋ ਵੰਡ ਛਕੋ ਸੋ ਵੰਡ ਛਕੰਦਾ ਜੋ ਹੈ ਸਾਡਾ ਉਹ ਤੁਸੀਂ ਦੇਖਿਆ ਦੁਨੀਆਂ ਭਰ ਚ ਸਿੱਖ ਲੰਗਰ ਲਗਾਉਂਦੇ ਹਨ ਤੇ ਉਹਨਾਂ ਨੇ ਕਿਹਾ ਕਿ ਲੰਗਰ ਵਿੱਚ ਉਹ ਸੇਵਾ ਵੀ ਕਰਦੇ ਹਨ ਜਿੱਥੋਂ ਕਿ ਉਹਨਾਂ ਨੂੰ ਸਕੂਨ ਮਿਲਦਾ ਹੈ ਅਤੇ ਗੁਰਦੁਆਰੇ ਵਿੱਚ ਉਸਦੇ ਆਸ-ਪਾਸ ਜਾ ਕੇ ਉਹ ਆਪਣਾ ਪ੍ਰਸ਼ਾਦ ਵੀ ਵੰਡਦੇ ਹਨ ਲੰਗਰ ਵੀ ਵੰਡਦੇ ਹਨ ਅਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਜੋ ਉਹਨਾਂ ਦੀ ਕੋਰ ਸਟਾਰ ਹੈ ਤਨੀਸ਼ਾ ਉਸ ਨਾਲ ਵੀ ਉਹ ਗੁਰਦੁਆਰੇ ਜਾਣ ਵਿੱਚ ਉਹਨਾਂ ਨੂੰ ਚੰਗਾ ਲੱਗਦਾ ਸਾਂਝੀਆਂ ਅਰਦਾਸਾਂ ਵੀ ਕਰਦੇ ਆ ਕਿਉਂਕਿ ਤੁਹਾਨੂੰ ਪਤਾ ਹੈ ਜਿਹੜੀ ਫਿਲਮ ਦੀ ਦੁਨੀਆ ਹੈ ਇਹਦੇ ਵਿੱਚ ਜਿੰਦੇ ਰਹਿਣਾ ਸਿਰ ਕੱਟ ਕੇ ਜੀਣਾ ਅਤੇ ਵਧੀਆ ਤੋਂ ਵਧੀਆ ਫਿਲਮਾਂ ਬਣਾਉਣੀਆਂ ਇਹ ਜਿੰਨੀ ਦੇਰ ਤੁਹਾਨੂੰ ਕੋਈ ਬਾਹਰੀ ਸ਼ਕਤੀ ਦਾ ਆਸ਼ੀਰਵਾਦ ਨਾ ਹੋਏ ਇਹ ਸੰਭਵ ਨਹੀਂ ਹੋ ਸਕਦਾ ਹੁਣ ਅਸੀਂ ਅਖੀਰ ਚ ਗੱਲ ਕਰਦੇ ਆਂ ਐਕਟ ਅਰਜਨ ਬਾਜਵਾਜੀ ਦੀ ਉਹਨਾਂ ਨੇ ਤੇ ਕੁਮਾਲ ਦੀਆਂ ਹੀ ਗੱਲਾਂ ਕਰਤੀਆਂ ਉਹ ਕਹਿੰਦੇ ਮੈਂ ਜਦੋਂ ਦਿੱਲੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿੱਚ ਪੜਦਾ ਸੀ ਤਾਂ ਉਹਨਾਂ ਦੇ ਸਕੂਲ ਦਾ ਇੱਕ ਵੱਡਾ ਜਥਾ ਜੋ ਦਿੱਲੀ ਦੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਥੇ ਨਗਰ ਕੀਰਤਨ ਕੱਢਦੀ ਸੀ ਉਸ ਵਿੱਚ ਪਾਰਟਿਸਿਪੇਟ ਕਰਨ ਲਈ ਜਾਂਦਾ ਸੀ ਤਾਂ ਉਸ ਵਿੱਚ ਅਰਜਨ ਬਾਜਵਾ ਵੀ ਇੱਕ ਸਕੂਲ ਦੇ ਵਿਦਿਆਰਥੀ ਛੋਟੀ ਉਮਰ ਵਿੱਚ ਹੀ ਉਹਨਾਂ ਨੂੰ ਬੜਾ ਚੰਗਾ ਲੱਗਦਾ ਸੀ ਉਹਨਾਂ ਨੂੰ ਜਿਹੜਾ ਨਗਰ ਕੀਰਤਨ ਵਿੱਚ ਜਾਣ ਨਾਲ ਉਹਨਾਂ ਨੂੰ ਬੜੀ ਖੁਸ਼ੀ ਮਿਲਦੀ ਸੀ ਉਹਨਾਂ ਨੂੰ ਨਹੀਂ ਸੀ ਸਮਝ ਕਿ ਉਹ ਕਿਸ ਕਿਸਮ ਦੀ ਸੈਲੀਬ੍ਰੇਸ਼ਨ ਹੈ ਉਹ ਬੜਾ ਸਿਰ ਉੱਚਾ ਕਰਕੇ ਤੇ ਨਗਰ ਕੀਰਤਨ ਦੀ ਜਿਹੜੀ ਯਾਤਰਾ ਸੀ ਉਹਦੇ ਵਿੱਚ ਹਿੱਸਾ ਲੈਂਦੇ ਸਨ ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਗੁਰਪੁਰਬ ਉਤੇ ਉਹ ਗੁਰਦੁਆਰੇ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਲੈ ਜਾਂਦੇ ਸਨ ਉਹਨਾਂ ਦੇ ਘਰ ਵਿੱਚ ਪ੍ਰਸ਼ਾਦ ਬਣਦੇ ਉਹ ਬਚਪਨ ਵਿੱਚ ਹੀ ਉਹਨਾਂ ਨੇ ਇੱਕ ਬੜੇ ਆਪਣੇ ਜੀਵਨ ਦੇ ਇੱਕ ਅਨੁਭਵ ਨੂੰ ਸਾਂਝਾ ਕੀਤਾ ਜਿਹੜਾ ਕਿ ਆਮ ਲੋਕੀਂ ਦੱਸਣ ਤੋਂ ਸ਼ਾਇਦ ਕੰਨੀ ਦੇ ਤਰਾਂਦੇ ਜਾਂ ਸ਼ਰਮਾ ਜਾਂਦੇ ਉਹ ਕਹਿੰਦੇ ਮੈਂ ਭਾਈ ਜੀ ਨੂੰ ਬਾਰ-ਬਾਰ ਕਹਿੰਦਾ ਵੀ ਮੈਨੂੰ ਜ਼ਿਆਦਾ ਪ੍ਰਸ਼ਾਦ ਦੇ ਸੋ ਇਹ ਬੜੀ ਵੱਡੀ ਗੱਲ ਕਹੀ ਆ ਉਹਨਾਂ ਨੇ ਉਹਨਾਂ ਨੇ ਆਪਣੀ ਮਰਦ ਤੋਂ ਮਨੋਬਿਰਤੀ ਜਿਹੜੀ ਉਹਨਾਂ ਦੀ ਬਚਪਨ ਚ ਸੀਗੀ ਬਚਪਨ ਚ ਬਚਿਆ ਨੂੰ ਮਿੱਠਾ ਪ੍ਰਸ਼ਾਦ ਗੁਰੂ ਘਰ ਦਾ ਕਿਹਨੂੰ ਨਹੀਂ ਚੰਗਾ ਲੱਗਦਾ ਮੈਨੂੰ ਤੇ ਇਸ ਉਮਰ ਚ ਵੀ ਚੰਗਾ ਲੱਗਦਾ ਜਦੋਂ ਭਾਈ ਜੀ ਮੈਨੂੰ ਪ੍ਰਸ਼ਾਦ ਦਿੰਦਾ ਤਾਂ ਮੈਂ ਦੋਨੋਂ ਹੱਥ ਜੋੜ ਕੇ ਜੋ ਬਣਾਣਾ ਭਾਈ ਜੀ ਅੱਗੇ ਕਰਦਾ ਤਾਂ ਮੈਨੂੰ ਕਈ ਵਾਰੀ ਇਹ ਲੱਗਦਾ ਕਿ ਭਾਈ ਜੀ ਕਿਤੇ ਬਹੁਤ ਥੋੜਾ ਜਿਹਾ ਪ੍ਰਸ਼ਾਦ ਨਾ ਦੇ ਦੇਣ ਤੋ ਇਹ ਹਲੇ ਤੱਕ ਮਨ 'ਚ ਹੁੰਦਾ ਹੈ ਕਿ ਭਾਈ ਜੀ ਇੰਨਾ ਪ੍ਰਸ਼ਾਦ ਦੇਣ ਕਿ ਉਸ ਨੂੰ ਛੱਕ ਕੇ ਆਨੰਦ ਆਏ ਇਹ ਆਨੰਦ ਦੀ ਜਿਹੜੀ ਭਾਵਨਾ ਅਰਜਨ ਬਾਜਵਾ ਨੇ ਆਪਣੇ ਇੱਕ ਛੋਟੇ ਜਿਹੇ ਟੋਟਕੇ ਵਿੱਚ ਜਿਹੜੀ ਇਹ ਬਨ ਕੇ ਸਾਡੇ ਸਾਧਿਆ ਨਾਲ ਸਾਂਝ ਪਾਈ ਅਤੇ ਸਾਨੂੰ ਇਹ ਦੱਸਿਆ ਕਿ ਵੀ ਜਿਹੜਾ ਬਚਪਨ ਵਿੱਚ ਜਦੋਂ ਤੁਸੀਂ ਸਿੱਖ ਸੰਗਤਾਂ ਵਿੱਚ ਬੈਠਦੇ ਹੋ ਗੁਰਦੁਆਰੇ 'ਚ ਜਾਂਦੇ ਹੋ ਨਗਰ ਕੀਤਨਾ ਜਾਣਦੇ ਹੋ ਗੁਰੂ ਘਰ ਚ ਸੇਵਾ ਕਰਦੇ ਹੋ ਚਾਹੇ ਉਹ ਜੋੜਿਆਂ ਦੀ ਹੋਵੇ ਲੰਗਰ ਦੀ ਹੋਵੇ ਕਿਸੇ ਕਿਸਮ ਦੀ ਹੋਵੇ ਜਾਂ ਤੁਸੀਂ ਗੁਰੂ ਘਰ ਵਿੱਚ ਜੋ ਝਾੜੂ ਦੀ ਸੇਵਾ ਦਿੰਦੇ ਹੋ ਉਹਦੇ ਨਾਲ ਤੁਹਾਨੂੰ ਬੜਾ ਸ਼ੁਕੂਨ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਅਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਬਚਪਨ ਤੋਂ ਹੀ ਬੜੇ ਸ਼ਾਨੋ ਸ਼ੌਕਤ ਨਾਲ ਗੁਰਪੁਰਬ ਦੇ ਜਿਹੜਾ ਉਤਸਵ ਹੈ ਉਸ ਨੂੰ ਮਨਾਇਆ ਕਰਦੇ ਸੀਗੇ ਤੇ ਹੁਣ ਵੀ ਮਨਾਉਂਦੇ ਹਨ ਤੇ ਉਹਨਾਂ ਨੂੰ ਚਾਹ ਚੜ ਜਾਂਦਾ ਹੈ ਕਿ ਉਹਨਾਂ ਨੇ ਅੱਜ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਜਾਂ ਹੋਰ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਉੱਪਰ ਗੁਰਦੁਆਰੇ ਜਾਣਾ ਇਹ ਸੀਗੀ ਸਾਡੇ ਵੱਲੋਂ ਇਸ ਇਹਨਾਂ ਜੋ ਪੰਜਾਬ ਦੇ ਐਕਟਰ ਹਨ ਪੰਜਾਬੀ ਹਨ ਚਾਹੇ ਕੋਈ ਦਿੱਲੂ ਤੋਂ ਹੈ ਜਾਂ ਸਾਡੇ ਸੈਲੀਬ੍ਰਿਟੀ ਰਪਜਨ ਸਿੰਘ ਜੀ ਹਨ ਜਾ ਉਹਨਾਂ ਦੀ ਧਰਮ ਪਤਨੀ ਹੈ ਸੋ ਗੀਤਾ ਬਸਰਾ ਉਹਨਾਂ ਦੇ ਬੱਚੇ ਉਹਨਾਂ ਸਾਰਿਆਂ ਦੀ ਇਹ ਮੈਂ ਤੁਹਾਡੇ ਨਾਲ ਸਾਂਝ ਪਾਈ ਹੈ ਉਮੀਦ ਮੈਂ ਕਰਦਾ ਕਿ ਇਹ ਤੁਹਾਨੂੰ ਵੀਡੀਓ ਚੰਗੀ ਲੱਗੇਗੀ ਤੁਸੀਂ ਇਹਨੂੰ ਵੱਧ ਤੋਂ ਵੱਧ ਲੋਕਾਂ ਨਾਲ ਸਾਂਝਾ ਕਰੋਗੇ ਜੇਕਰ ਤੁਸੀਂ ਹੁਣ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੀ ਆਪ ਜੀ ਨੂੰ ਗੁਜਾਰਿਸ਼ ਹੈ ਕਿ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਸਾਡੀ ਹੌਸਲਾ ਵਧਾਈ ਕਰੋ ਅਤੇ ਜੋ ਅਜਾਦ ਪੱਤਰਕਾਰੀ ਹੈ ਨਵੇਂ ਕਿਸਮ ਦੀ ਸੋਸ਼ਲ ਮੀਡੀਆ ਦੇ ਪੱਤਰਕਾਰੀ ਆ ਰਹੀ ਹੈ ਉਸ ਦਾ ਤੁਸੀਂ ਹਿੱਸਾ ਬਣੋ ਇਹ ਕਹਿੰਦਾ ਹੋਇਆ ਮੈਂ ਇਸ ਨੂੰ ਸਮਾਪਤ ਕਰਦਾ ਧੰਨਵਾਦ ਸਤਸ੍ਰੀ ਅਕਾਲ